ਅਸਲਾਮ ਅਲੈਕੁਮ ਵੀਵਰਸ, ਕੀ ਹਾਲ ਹੈ? ਠੀਕ ਹੋ? ਤਬੀਅਤ ਸਿਹਤ ਠੀਕ ਹੀ ਵੇ? ਮੈਂ ਸ਼ਾਹਿਦ ਰਸੂਲ ਅਤੇ ਤੁਸੀਂ ਮੇਰੇ ਨਾਲ ਵੇਖਦੇ ਪਏ ਹੋ ਮੁਹੰਮਦ ਅਸਗਰ ਤ੍ਰੇਲੀ ਸਾਹਿਬ, ਜਿਸ ਦਾ ਯੂਟਿਊਬ ਚੈਨਲ ਹੈ ਪੰਜਾਬੀ ਭਾਈ ਪੀ ਕੇ। ਅਤੇ ਮੈਂ ਨਾ ਇਸ ਨੂੰ ਬੜੇ ਚਿਰ ਤੋਂ ਦਾਵਾ ਦੇ ਰਿਹਾ ਅਤੇ ਅੱਜ ਨਾ ਇਸ ਬੜਾ ਦਿਲ ਘੜਿਆ ਹੈ, ਅੱਜ ਮੇਰੇ ਕੋਲ ਆਇਆ ਹੈ, ਮੇਰੀ ਦਾਵਤ ਜਿਹੜੀ ਉਹ ਅਟੈਂਡ ਕੀਤੀ ਸੀ ਅਤੇ ਮੇਰਾ ਦਿਲ ਜਿਹੜਾ ਨਾ ਇਸ ਬੰਦੇ ਅੱਜ ਖੁਸ਼ ਕਰ ਦਿੱਤਾ, ਵਾਹ ਵਾਹ ਕਰ ਦਿੱਤਾ ਹੈ। ਅਸਗਰ ਭਾਈ, ਬੜੀ ਮਿਹਰਬਾਨੀ, ਤੂੰ ਆਪਦੇ ਕੀਮਤੀ ਟਾਈਮ ਦੇ ਵਿੱਚੋਂ ਕੀਮਤੀ ਵਕਤ ਮੈਨੂੰ ਦੇ ਕੇ ਅਤੇ ਮੇਰੀਆਂ ਜਿਹੜੀਆਂ ਨਾ ਖੁਸ਼ੀਆਂ ਉਹ ਤੂੰ ਦੁਬਾਰਾ ਕਰ ਦਿੱਤੀਆਂ, ਬੜੀ ਮਿਹਰਬਾਨੀ ਭਾਈ ਜਾਨ। ਇਹ ਵਿਵਰ ਤਾਂ ਇਹ ਨਾ ਭਾਈ ਸ਼ਾਹਿਦ ਰਸੂਲ ਨਾ ਵੈਰੀ ਮੁੰਡਾ ਨਾਂ ਦਿਨਾਂ ਦਾ ਚੈਨਲ ਹੈ ਅਤੇ ਬੜੇ ਦਿਨ ਤੋਂ ਮੈਨੂੰ ਆਖ ਰਿਹਾ ਅਤੇ ਮੈਂ ਵੀ ਲਾ ਰਹੀ ਹਾਂ, ਅੱਜ ਅਮਨਾ ਦੰਮੀ ਅਮਨਾ ਪਰਸੋਂ ਅਮਨਾ, ਯਾਨੀ ਕਿ ਮੈਂ ਖੇ ਭੇਲ ਹੋਇਆ ਨਾ ਤਕਰੀਬਨ 2 ਮਹੀਨੇ ਹੋ ਗਏ ਮੁਸਲਸਲ ਦਾਵਤ ਦੇ ਰਿਹਾ ਮੈਨੂੰ ਅਤੇ 2 ਮਹੀਨੇ ਬਾਅਦ ਅੱਜ ਮੈਨੂੰ ਟਾਈਮ ਲੱਗਿਆ, ਅੱਲਾਹ ਦਾ ਸ਼ੁਕਰ ਹੈ ਅਤੇ ਸਫ਼ਰ ਮੈਂ ਸਾਂਝਾ ਕਰ ਰਿਹਾ, ਕਮ ਅਜ ਕਮ 50 ਕਿਲੋਮੀਟਰ ਤੋਂ ਉੱਤੇ ਸਫ਼ਰ ਹੈ ਅਤੇ ਮੁੜ ਮੁਹੱਬਤਾਂ ਬਿਰਾਵਾਂ ਨਾਲ ਅਤੇ ਇਹੋ ਜਿਹੇ ਬਿਰਾਵਾਂ ਨਾਲ ਤਾਂ ਮੁੜ ਸਫ਼ਰ ਨਹੀਂ। ਬਾਕੀ ਬਾਈ ਜੀ, ਇੱਕ ਗੱਲ ਤੁਹਾਡੇ ਨਾਲ ਅਸਾਂ ਹੋਰ ਵੀ ਸ਼ੇਅਰ ਕਰਾਂ ਚਾਹ ਕਿ ਸਾਨੂੰ ਨਾ ਯੂਟਿਊਬ ਤੋਂ ਜਿਹੜੀ ਕੋਈ ਇਨਕਮ ਆਉਂਦੀ ਹੈ ਜਾਂ ਡਾਲਰ ਵਗੈਰਾ ਆਉਂਦੇ ਨੇ, ਉਹ ਸਾਡੇ ਜਿਹੜੇ ਡਾਲਰ ਨੇ ਜਾਂ ਸਾਡੀ ਇਨਕਮ ਹੈ ਉਹ ਸਾਡੇ ਚੰਗੇ ਅਤੇ ਮੁਖਲਿਸ ਵਿਰਾ ਹਨ, ਸਾਨੂੰ ਉਹਨਾਂ ਡਾਲਰਾਂ ਦੀ ਜਾਂ ਉਸ ਕਰੰਸੀ ਦੀ ਸਾਨੂੰ ਕੋਈ ਜ਼ਰੂਰਤ ਨਹੀਂ। ਅਸਾਂ ਜਿਹੜਾ ਅੱਜ ਕੱਲ੍ਹ ਯੂਟਿਊਬ ਤੋਂ ਜਿਹੜਾ ਕੁਛ ਵੀ ਕਮਾਇਆ ਹੈ ਉਹ ਚੰਗੇ ਸੱਜਣ ਅਤੇ ਚੰਗੇ ਵਿਰਾ ਕਮਤੇ ਨੇ, ਸਾਡੀ ਵਾਸਤੇ ਕਰੰਸੀ ਵੀ ਉਹ ਹੈ ਅਤੇ ਡਾਲਰ ਵੀ ਉਹ ਹਨ। ਇਹ ਅਸਾਂ ਤੁਹਾਡੇ ਨਾਲ, ਹਾਂ ਬਿਲਕੁਲ, ਇਹ ਨਾ ਮੈਂ ਯੂਟਿਊਬ ਨੂੰ ਸਾਲ ਹੋ ਗਿਆ ਮੈਨੂੰ ਚਲਾਈਂਦੇ ਨੂੰ, ਡਾਲਰ ਤਾਂ ਜਿਹੜੇ ਕਮਾਉਣੇ ਉਹ ਲੈਣਾ ਸਾਂ ਕਮਾ, ਜੇ ਵਿਰਾਜ ਸਾਡੇ ਡਾਲਰ ਹਨ, ਅੱਲਾ ਪਾਕ ਇਹਨਾਂ ਨੂੰ ਸਲਾਮਤ ਰੱਖੇ ਅਤੇ ਮੁਹੱਬਤ ਵਾਲੇ ਇਨਸਾਨ ਕਦੀ ਕਦੀ ਮਿਲਦੇ ਨੇ, ਜ਼ਾਹਰੀ ਗੱਲ ਹੈ ਹੁਣ 50 ਕਿਲੋਮੀਟਰ ਸਫ਼ਰ ਕਰਦੇ ਹਾਂ ਅਤੇ ਇਹਨਾਂ ਦੀ ਮੁਹੱਬਤ ਆਏ ਅਤੇ ਮੈਂ ਤਾਂ ਵਿਖਾ ਨਾ ਛੋਰਾਂ ਨੂੰ ਨਾਲ ਵਿਖਾਉਣਾ ਹੈ ਭਾਈ ਜਾਨ। ਇਹ ਇਹਨਾਂ ਦਾ ਮਹੱਲਾ ਹੈ ਪਿਆ ਮਾਸ਼ਾਅੱਲਾ, ਆ ਜੁਮਾ ਖਾਨ ਬਲੋਚ, ਆ ਜਨਾਬ ਅਸਗਰ ਭਾਈ ਨਾਲ ਇਹਨਾਂ ਦੇ ਬਾਂਝੇ ਆਏ ਨੇ ਤੇ ਆਏ ਉਸਮਾਨ ਅਲੀ ਖਾਨ ਬਲੋਚ ਖਲਾ ਜਨਾਬ, ਇਹਨਾਂ ਦਾ ਛੋਹਰ ਹੈ ਮਾਸ਼ਾਅੱਲਾ, ਇਹ ਛੋਟਾ ਸਾਹਿਬਜ਼ਾਦਾ ਜਨਾਬ ਮੇਰਾ ਤੇ ਇਹ ਆਪਣਾ ਵਿਖਾ, ਇਹਨਾਂ ਦਾ ਮਾਸ਼ਾਅੱਲਾ ਬੜਾ ਖੂਬਸੂਰਤ ਜਿਹੜਾ ਨਾ ਅਸਾਂ ਜੀ, ਸਾਡੀ ਜਿਹੜੀ ਰਿਹਾਇਸ਼ ਇਹ ਡੇਰੇ ਤੇ ਯਾਨੀ ਆਪਣੇ ਰਕਬੇ ਦੇ ਵਿੱਚ, ਪਹਿਲੇ ਅਸਾਂ ਪਿੰਡ ਦੇ ਵਿੱਚ, ਬਾਅਦ ਅਸੀਂ ਪਿੰਡ ਛੱਡ ਕੇ 2008 ਦੇ ਵਿੱਚੋਂ ਅਸਾਂ ਜਨਾਬ ਇੱਥੇ ਡੇਰੇ ਤੇ ਆ ਗਏ। ਬਾਕੀ ਆਏ ਆਪਣਾ ਮਾਲ ਡੰਗਰ ਵਗੈਰਾ ਖਲਾ ਜਿਹੜਾ ਨਾ, ਮੈਨੂੰ ਜਿਹੜੀ ਚੀਜ਼ ਪਸੰਦ ਆਈ ਹੈ ਇਹਨਾਂ ਦੀ, ਉਹ ਇਹਨਾਂ ਦੇ ਜਿਹੜੇ ਦਰਖਤ ਹਨ ਉਹ ਬਹੁਤ ਪਿਆਰੇ ਹਨ, ਇਹਨਾਂ ਦਾ ਵੰਜਾਰੀ ਦਾ ਇਲਾਕਾ ਹੈ, ਇੱਕ ਤਾਂ ਵੰਜਾਰੀ ਦੇ ਬਾਰੇ ਤੁਸੀਂ ਸੁਣਿਆ ਹੋਇਆ ਸੀ, ਵੰਜਾਰੀ ਤੋਂ ਕਿੰਨਾ ਦੂਰ? ਵੰਜਾਰੀ 3 ਕਿਲੋਮੀਟਰ, 3 ਕਿਲੋਮੀਟਰ। ਉਹਦੇ ਬਾਰੇ ਮੈਂ ਸੁਣਿਆ ਵੀ ਇੱਥੇ ਜ਼ਿਆਦਾ ਜ਼ਹੀਨ ਤੇ ਪੜ੍ਹੇ ਲਿਖੇ ਲੋਕ ਹਨ। ਹਾਂਜੀ ਬਿਲਕੁਲ ਅਸਗਰ ਭਾਈ, ਉਹ ਪੂਰਾ ਪਿੰਡ ਨਾਲ ਤਲੀਮ ਯਾਫਤਾ ਜ਼ਿਆਦਾ ਹੀ ਫਾਇਦਾ ਜਿਹੜੀ ਟੀਚਰਾਂ ਤੇ ਟੀਚਰਾਂ ਤੇ। ਅੱਛਾ, ਤੇ ਦੂਸਰਾ ਨਾ ਇੱਥੇ ਜਿਹੜੀ ਇਹਨਾਂ ਦੁਆਰੀ ਖੂਬਸੂਰਤੀ ਹੈ ਮੈਨੂੰ ਬੜੀ ਪਸੰਦ ਆਈ, ਤਾਂ ਕਿ ਇਹ ਜਿਹੜਾ ਨਾ ਜਿਹੜਾ ਸਬਜ਼ ਹੈ ਨਾ, ਮੈਂ ਨਾ KPK ਚ ਗਈਆਂ, ਇੱਧੇ ਅੱਧੇ ਗਈਆਂ, ਫਿਰ ਉਹ ਤਾਂ ਪਹਾੜਾਂ ਤੇ ਉਹਦੇ ਨਾ, ਜਿਹੜਾ ਏਰੀਆ ਤੁਹਾਡਾ ਨਾ ਮੈਨੂੰ ਬੜਾ ਪਸੰਦ ਆਇਆ, ਬਹੁਤ ਸਬਜ਼ ਹੈ, ਹਾਲਾਂਕਿ ਇੱਥੇ ਪਾਣੀ ਦੀ ਬੜੀ ਮੁਸ਼ਕਲਾਤ ਹੈ ਤੁਸੀਂ ਜਿਵੇਂ ਦੱਸਿਆ। ਹਾਂਜੀ, ਤਕਰੀਬਨ 70-80 ਫੁੱਟ ਤੇ ਸਾਡੇ ਖੂਹ ਹਨ ਤੇ ਜਿਹੜਾ ਸਾਡੇ ਬੋਰ ਹੁੰਦਾ ਹੈ ਨਲਕਾ ਜਾਂ ਟਰਬਾਈਨ ਵਗੈਰਾ ਲੈਂਦੇ ਹੋ, ਤਕਰੀਬਨ 150-200 ਫੁੱਟ ਤੇ ਟਰਬਾਈਨ ਵਗੈਰਾ ਡੌਂਕੀ ਪੰਪ ਵਗੈਰਾ ਚੱਲਦਾ ਹੈ। ਹਾਂਜੀ ਹਾਂਜੀ ਬਿਲਕੁਲ ਜੀ, ਤੇ ਸਾਡੇ ਕੋਲ ਤਾਂ ਤੁਹਾਨੂੰ ਪਤਾ ਹੀ ਹੈ ਰਾਵੀ ਦਾ ਇਲਾਕਾ, ਅਲਹਮਦੁਲਿਲਾ ਰਾਵੀ ਦੇ ਜਿਹਨਾਂ ਦੇ ਨਾ ਰਾਹਤ ਹੁੰਦੇ ਤੇ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ ਬਈ, ਸਾਡੇ ਕੋਲ ਜਿਹੜਾ ਪਾਣੀ ਹੈ ਨਾ ਉੱਥੇ ਰਾਵੀ ਦਾ ਉਹ ਉੱਚਾ ਸਾਡੇ ਕੋਲ ਤਕਰੀਬਨ 5-6 ਫੁੱਟ ਤੋਂ ਬਹੁਤ ਤੇ ਇਹ ਇਹਨਾਂ ਦਾ ਸਾਹਿਬਜ਼ਾਦਾ ਛੋਟਾ ਹੈ ਪਿਆ, ਇਹ ਤੱਪੀ ਵਗੈਰਾ ਵੀ ਖੇਡਦਾ, ਇਹ ਜ਼ੀਸ਼ਾਨ ਇਹ ਜ਼ੀਸ਼ਾਨ ਹੈ ਇਹਨਾਂ ਦੇ ਭਾਈ ਹੋਰਾਂ ਦਾ ਬੇਟਾ ਸ਼ਾਹਿਦ ਰਸੂਲ ਦਾ, ਅਸਗਰ ਬਾਈ ਆਦਾ ਹੈ ਬਈ ਉਸਮਾਨ ਵੀ ਦੱਪੀ ਖੇਡੇ ਤਾਂ ਕਿ ਇਸ ਦਾ ਵੇਟ ਜਿਹੜਾ ਥੋੜਾ ਜਿਹਾ ਕੰਮ ਹੋ ਜਾਵੇ, ਵਿਖਾਣਾ ਛਾਟਣਾ ਹੈ ਛੋਰ ਤੇ ਛੱਟਣਾ ਦੇਣ, ਇੱਕ ਦੋ ਸ਼ਾਨੀ ਇੱਕ ਦੋ ਨਾ ਸ਼ੁਮਾਇਸ਼ ਵਿਖਾ ਚਾਚੇ ਇੱਥੇ ਆਈ ਤੇ ਨਹੀਂ ਤੇ ਦੇਖੇ।
ਵੀਵਰ ਗੱਲ ਇਹ ਬਈ ਅਸਗਰ ਬਾਈ ਦੇ ਯੂਟਿਊਬ ਚੈਨਲ ਪੰਜਾਬੀ ਬਾਈ ਪੀ ਕੇ ਤੇ ਜ਼ਿਸ਼ਾਨ ਥੋੜਾ ਜਿਹਾ ਆਪਦੀ ਪਰਫਾਰਮੈਂਸ ਵੀ ਖਾਂਦਾ ਪਿਆ, ਇੱਕ ਬਾਲ ਤ੍ਰਿਗਾ ਬਾਲ ਬਣਾ ਕੇ ਜੁਮਾ ਇਸ ਨੂੰ ਦੇ ਹਾਏ ਗੁੱਡ ਹਨ ਇਹ ਵੀਵਰ ਤੁਹਾਨੂੰ ਪਤਾ ਹੀ ਹੈ ਬਾਈ ਉਹ ਜਿਹੜਾ ਨਾ ਹਵਾ ਸ਼ਵਾ ਕਾਇਨ ਹੈ ਮਾਸ਼ਾਅੱਲਾ ਬੜਾ ਅੱਛਾ ਪਲੇਅਰ ਹੈ ਇਹਨਾਂ ਦਾ ਬੇਟਾ ਤੇ ਅੱਲਾ ਪਾਕ ਇਹਨਾਂ ਨੂੰ ਹੋਰ ਤਰੱਕੀਆਂ ਦੇਵੇ ਤੇ ਇਹ ਥਾਂ ਹੀ ਅਸਾਂ ਇਸ ਬਾਈ ਸ਼ਾਹਦ ਰਸੂਲ ਕੋਲ ਇਜਾਜ਼ਤ ਮੰਗਸਾਂ ਹੈ ਯਾਰ ਸਾਡਾ ਅਸਗਰ ਬਾਈ ਅਸਲ ਸਾਡਾ ਦਿਲ ਆ ਬਈ ਜਿਵੇਂ ਤੁਸੀਂ ਸਾਡੇ ਕੋਲ ਸ਼ੌਕ ਨਾਲ ਆਇਆ ਹੈ ਰਾਤ ਰਹੋ ਆ ਰਾਤੀ ਬੱਟਾ ਲਵਾਇਆ ਤੇ ਉਸ ਤੋਂ ਬਾਅਦ ਜਨਾਬ ਚਲੋ ਘਰ ਤੁਹਾਨੂੰ ਮੁੜ ਵੀ ਅਸਾਂ ਔਖੀ ਜੀ ਇਜਾਜ਼ਤ ਦਿਵਾਇਆ ਤੇ ਸਾਡੇ ਇੱਥੋਂ ਦੀ ਰੁਟੀਨ ਹੈ ਬਾਈ ਜਾਨਾ ਸਾਹ ਨਾ ਕਦੀ ਮਹਿਮਾਨ ਨੂੰ ਇਤਨਾ ਜਲਦੀ ਨਹੀਂ ਜਾਵਣ ਦਿੱਤਾ ਸਲਾਮਤ ਰੱਖੇ ਆਬਾਦ ਰਹੋ। ਓਕੇ ਬਾਈ ਜਾਨ।